ਤੁਹਾਡੇ ਨਾਲ ਇੱਕ ਛੋਟਾ ਛੋਟਾ ਜੀ ਇੱਕ ਫਰਮਾਇਸ਼ ਹੈ ਸਾਡੀ ਅਸਰਤ ਹੈ ਬਾਬਾ ਹਾਂ ਜੀ ਪੁੱਛੋ ਕਿ ਸਾਨੂੰ ਪਤਾ ਚੱਲਿਆ ਕਿ ਇੱਕ ਦਫਾ ਤੁਸੀਂ ਕਲਾਮ ਪੜਿਆ ਸੀ ਤੇ ਤੁਹਾਨੂੰ ਨਾ ਚੁੱਕ ਕੇ ਵਾਰ ਮਾਰਿਆ, ਇਹ ਉਹ ਕਿਹੜਾ ਵਾਕਿਆ ਜ਼ਰਾ? ਉਹ ਕਲਾਮ ਪੜਿਆ ਇਸ ਤਰ੍ਹਾਂ ਵੀ ਬੇਲੀਓ ਮੇਲਾ ਆ ਗਿਆ ਖਾਨੋ ਆਦਮੀ ਦਾ। ਅੱਛਾ, ਅਸੀਂ ਤੇ ਉੱਥੇ 13 ਬੰਦੇ ਗਏ ਬੇਲੀਆ ਸੁਣ ਕੇ, ਸਾਨੂੰ ਉਹਨਾਂ ਸੱਦਿਆ, ਉਹ ਸੱਦਿਆ ਤੇ ਉਹਨਾਂ ਮੈਂ ਸਾਨੂੰ ਤੇ ਨਹੀਂ ਇਹ ਪਤਾ ਵੀ ਇਹ ਲੰਬੜਦਾਂ ਦੀ ਬੈਠ ਗਈ ਜਾਂ ਇਹਨਾਂ ਨੇ ਸਾਡੇ ਗੁੱਸਾ ਹੀ ਕਰ ਲੈਣਾ ਕਲਾਮ ਦਾ, ਅਸੀਂ ਕਿਹੜਾ ਆਪਣੇ ਕੋਲੋਂ, ਮੈਂ ਕਿਹੜਾ ਆਪਣੇ ਕੋਲੋਂ ਲਿਖਿਆ ਸੀ। ਉਹ ਜਿਸ ਵੇਲੇ ਉੱਥੇ ਸਾਹਮਣੇ ਬੈਠ ਬਹਾਦਰਾਂ ਨਾਲ ਮੂਹਰੇ ਮਾੜੇ ਡਾਕ ਗਏ ਉਹਨਾਂ ਨੂੰ ਤੇ ਸਾਡੀ ਸਟੇਜ ਬਣਾ ਲਾ ਤੀ, ਤੇ ਹੁਣ ਸਰਕਾਰ ਕਹਿੰਦੇ ਨੇ ਇਹਨੂੰ ਪਹਿਲੋਂ ਟਾਈਮ ਦੇ ਦਿਓ, ਇਹ ਬੰਦੇ ਵਾਹਵਾ ਇਕੱਠੇ ਕਰ ਲੈਂਦਾ। ਅੱਛਾ, ਵਾਹਵਾ। ਹਾਂ, ਹੁਣ ਫਕੀਰੀਆ ਵੀ ਨਾਲ, ਦੋਸਤਾਰ ਵੀ ਨਾਲ, ਤੇ ਪੰਜ ਸੱਤ ਅੱਠ ਜੀ ਸਾਰੇ ਪੰਨ ਵਾਲੇ ਠੀਕ ਠਾਕ, ਮੈਨੂੰ ਟਾਈਮ ਦੇ ਦਿੱਤਾ ਤੇ ਮੈਂ ਉਹ ਸਰਕਾਰ ਮੇਰੀ ਜਾਂਦੇ ਨੇ ਪਹਿਲਾਂ ਤਾਂ ਕਲਾਮ ਇੱਕ ਇਹ ਸਰਕਾਰ ਦਾ ਆਖਿਆ ਬਾਬਾ ਬੁੱਲਾ ਸ਼ਾਹ ਦਾ ਕਲਾਮ ਪੜ੍ਹ ਕੇ ਤੇ ਮੈਂ ਸਰਕਾਰ ਦਾ ਕਲਾਮ ਸ਼ੁਰੂ ਕਰ ਦਿੱਤਾ ਜਿਹੜਾ ਹੈਗਾ ਸੀ। ਅੱਛਾ, ਉੱਤੇ 13ਵੀਂ ਸਦੀ ਦੇ ਤਾਰ ਪਾਉਂ ਗਏ ਉੱਡ ਗਈ ਜਹਾਨ ਤੋਂ ਓ ਮੇਰ ਮੀਆਂ, ਓ ਪੁੱਤਰ ਗੁੰਡੀਆਂ ਦੇ ਲੰਬਰਦਾਰ ਬਣ ਗਏ, ਓ ਗੱਲਾਂ ਕਰਨ ਜਹਾਨ ਤੋਂ ਢੇਰ ਮੀਆਂ, ਤੇ ਤੀਆਂ ਮਾਪਿਆਂ ਤੋਂ ਆਵਾਜ਼ਾਰ ਹੋਈਆਂ, ਤੇ ਰੰਨਾ ਖਸਮਾਂ ਤੋਂ ਗਈਆਂ ਵੇਰ ਮੀਆਂ, ਓ ਵਾਰੀ ਆ ਗਈ ਵਾਰਸਾ ਓ ਗਿਦੜਾਂ ਦੀ, ਉਹ ਨੀਵੀ ਪਾਗਨ ਬੱਬਰ ਸ਼ੇਰ ਮੀਆਂ ਬੈਠੇ ਉਥੋਂ ਉਹਨਾਂ ਨੇ ਕਾੜੀ ਦਿੱਤਾ ਚੋਰ ਸੂਆ ਸੂਆ ਨਾਲ ਤੇ ਕਾਫੀ ਪੰਡ ਬਣ ਜਾਂਦਾ ਛੱਡ ਤਾਈ, ਉਹ ਜਿਹੜਾ ਪਵੇ ਇਹਨੂੰ ਦੱਸਿਆ ਹੀ ਨਾ ਕਰੋ, ਇਹਨੂੰ ਕੀ ਦੱਸਦੇ ਹੁੰਦੇ ਇਹਨੂੰ ਨਾ ਜਾਂ ਲਿਆ ਕਰੋ ਜਾਨ ਛੁੱਟੀ ਜਾਂ ਤਾਂ ਉਹਨਾਂ ਨੇ ਕਿਹਾ ਜਾਂ ਛੁੱਟੀ ਅਸੀਂ ਜਾਨ ਛੁੱਟੀ ਉਹ ਛੜਕ ਤੱਕ ਮੈਂ ਗਾਲੇ ਖਾਂਦਾ ਆਇਆ ਇਹਨਾਂ ਕੋਲੋਂ, ਉਹ ਕੋਈ ਆਖੇ ਉਹ ਫਕੀਰ ਆਖੇ ਉਹ ਮੈਂ ਕੱਲ੍ਹ ਦੀ ਛੁੱਟੀ ਕੀਤੀ ਆ ਅਤੇ ਅੱਜ ਮੇਰਾ ਮੈਂ ਅੱਜ ਜਾਂਦਾ ਦਿਹਾੜੀ ਮੈਂ ਪੂਰੀ ਮੇਰੀ ਲੱਗ ਜਾਣੀ ਸੀ ਅਤੇ ਉਹ ਵੀ ਮੈਂ ਛੱਡੀ, ਇਹਨੇ ਮੇਰੇ ਬੱਚਿਆਂ ਦੀ ਰੋਜ਼ੀ ਇਹਨੇ ਫੜ ਕੇ ਗਵਾਤੀ ਆ ਹੈ, ਤੇ ਉਹ ਮੀਆਂ ਬੜੀਆਂ ਗਾਲਾਂ ਕੱਢੀ ਜਾਣ ਮੈਨੂੰ ਉੱਥੇ ਤਾਂ ਆਉਂਦੇ ਦਾ, ਮੈਨੂੰ ਕਹਿੰਦਾ ਸਾਧ ਮਸਾਗ ਯਾਰ ਜਾਣ ਛਡਾ ਇਹਨਾਂ ਨੂੰ ਕਿਰਾਇਆ ਦੇ ਇਹਨਾਂ ਸਾਰਿਆਂ ਦਾ, ਅਤੇ ਮੈਂ ਕਿਹਾ ਚਲੋ ਸ਼ੁਕਰ ਅੱਲਾ, ਉਹ ਬਿਸੀ ਨੇ ਮੈਨੂੰ ਆਖਿਆ ਕਿਰਾਇਆ ਦੇ ਮੈਂ ਦਿੱਤਾ, ਅਤੇ ਮੈਂ ਕਿਹਾ ਲਓ ਜੀ ਸਰਕਾਰ, ਫਿਰ ਮੇਰੀ ਜਾਣ ਛੁੱਟੀ ਮੈਂ ਚੱਲ ਯਾਰ। ਵਾਹ, ਕਿਆ ਬਾਤ।
ਹੋ ਕਰਮਾਂ ਬਾ ਹੋ ਕਰਮਾਂ ਬਾਗ ਪਿਆਰ ਅਜੀਵਨ ਕੀ ਹੋ ਭਾਵੇਂ ਸਿਰ ਤੇ ਲਾਲਾਂ ਦੀ ਪੰਡ ਹੋਵੇ ਉਹ ਝੂਠੇ ਹੋ ਕੇ ਵਿੱਚ ਬਾਜ਼ਾਰ ਵਿਕਦੇ ਭਾਵੇਂ ਮਗਰ ਦਲਾਦਾਂ ਦੀ ਫੰਡ ਹੋਵੇ ਤੇ ਬੀਜੇ ਮੋਠ ਤੇ ਉਗ ਪਘਾਟ ਪੈਂਦਾ ਉਹ ਭਾਵੇਂ ਖਾਸ ਨਿਆਈ ਦੀ ਵੰਡ ਹੋਵੇ ਉਹ ਪਾਈਆਂ ਬਾਜ਼ ਪਿਆਰ ਕੰਡ ਨੰਗੀ ਭਾਵੇਂ ਮਗਰ ਕਬੀਲੇ ਦਾ ਤਰੰਡ ਹੋਵੇ ਤੇ ਉਸ ਆਪੀਰ ਦਾ ਮੰਨਣਾ ਕੀ ਉਹ ਜਿਹਦੇ ਤੱਕਿਆ ਗਰੀਬ ਦਾ ਹੱਜ ਨਾ ਹੋਵੇ ਤੇ ਉਸ ਸਖੀ ਨੂੰ ਮੰਗਣਾ ਕੀ ਜਿਹਦੇ ਮੰਗਿਆ ਗਰੀਬ ਦਾ ਰਾਜ ਨਾ ਹੋਵੇ ਤੇ ਉਸ ਮਰਦਾ ਮੁੱਲ ਕੌਡੀ ਜਿਹਨੂੰ ਆਣ ਤੇ ਗੈਰ ਦੀ ਲੱਜ ਨਾ ਹੋਵੇ ਅਸਲ ਮਸਾਈ ਉਹਨੂੰ ਛੱਡ ਦਈਏ ਜਿਹਨੂੰ ਪ੍ਰੀਤ ਕਰਨ ਦਾ ਚੱਜ ਨਾ ਹੋਵੇ। ਵਾਹ ਵਾਹ ਵਾਹ।